सब तो पहला ही सारयां नूं प्यार भरी सत श्री अकाल, स्वागत है तुहाडा एक बारी फिर अपने यूट्यूब चैनल ते शहाड़ जोन ते। अज आपां चलांगे आनंदपुर साहब, बाकी जो रस्ते गुरु घर आउणगे उन्हां दे भी दर्शन करांगे। तीन दिनां दा टूर है, वीडियो करदे आं स्टार्ट, नाल बने रहो। अज ज़्यादा गल्लां बातां ना करदे होए, जिहड़े मेरे भाइयां ने कोई चैनल सबसक्राइब नहीं किया तां ओह सबसक्राइब कर लो, बैल आइकन दा बटन आल ते कर लो तां जो तुहानूं वीडियो दा नोटिफिकेशन मिल सके नवीं दा। करदे आं वीडियो स्टार्ट। लो जी, बस आ गई, संगत चढ़ गई सारी विच शहाड़ दी। ਤੁਹਾਨੂੰ ਦਿਖਾਉਂਦੇ ਅੱਗੇ ਚੱਲਦੇ ਹਾਂ, ਫਿਰ ਗੁਰੂ ਘਰਾਂ ਦੇ ਦਰਸ਼ਨ ਕਰਨ। ਮੇਨ ਗੁਰੂ ਘਰ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦਰਬਾਰ ਸਾਹਿਬ ਜਾਵਾਂਗੇ, ਬਾਕੀ ਜੋ ਗੁਰੂ ਘਰ ਰਸਤੇ 'ਚ ਆਉਣਗੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਸੰਗਤ ਸਾਰੀ ਵਿੱਚ ਬਹਿ ਗਈ, ਆਪਾਂ ਹੀ ਰਹਿ ਗਏ ਇਕੱਲੇ। ਚਲੋ ਚੜ੍ਹਦੇ ਹਾਂ, ਦੋ ਚਾਰ ਜਣੇ ਚੜ੍ਹ ਜਾਣ ਦਿਓ, ਫਿਰ ਚੜ੍ਹਦੇ ਹਾਂ ਆਪਾਂ ਵੀ, ਚੱਲਦੇ ਹਾਂ ਫਿਰ। ਇਹ ਉਪਰਾਲਾ ਕਰਦੇ ਨੇ ਸਾਡੇ ਇਹ ਗੋਬਿੰਦ ਹੋਰੀ, ਆਈ ਵਾਰ ਜੋ ਸੰਗਤ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਜਾਂਦੇ ਨੇ, ਸਿਰਫ ਤੇਲ ਤੇਲ ਦਾ ਖਰਚਾ ਲੈਂਦੇ ਨੇ, ਕੋਈ ਹੋਰ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ। ਇੰਨਾ ਕੁ ਬਣਦਾ ਵੀ ਆ, ਜਾਇਜ਼ ਯਾਰ, ਫਰੀ ਤਾਂ ਫਿਰ ਕਿਹੜਾ ਲੈ ਕੇ ਜਾਂਦਾ ਘਰ ਤੋਂ, ਆਪਦਾ ਘਰ ਤਾਂ ਕੌਣ ਘਰੋਂ ਲਾਊਗਾ। ਜੇ ਆਪਾਂ ਉਹ ਵੀ ਜਾਂਦੇ ਬਹੁਤ ਖਰਚਾ ਆ ਜਾਂਦਾ, 400 ਰੁਪਏ 'ਚ ਇੰਨੇ ਗੁਰੂ ਘਰ ਜਾਵਾਂਗੇ, ਆਨੰਦਪੁਰ ਸਾਹਿਬ ਜਾਵਾਂਗੇ, ਅੰਮ੍ਰਿਤਸਰ ਜਾਵਾਂਗੇ, ਕੋਈ ਜ਼ਿਆਦਾ ਨਹੀਂ ਹੈਗਾ ਯਾਰ। ਠੀਕ ਹੈ, ਕਾਰ ਸੇਵਾ ਵਾਲਿਆਂ ਵੱਲੋਂ ਸੇਵਾ ਲੱਗਦੀ ਹੈ, ਇਹ ਬਹਿਰ ਸਾਹਿਬ ਗੁਰੂ ਘਰ ਵਾਲੇ ਬੱਸ ਭੇਜਦੇ ਨੇ ਅਤੇ ਇੱਥੋਂ ਸੰਗਤ ਇਕੱਠੀ ਕਰਕੇ ਫਿਰ ਅੱਗੇ ਭੇਜਦੇ ਨੇ। ਡਰਾਈਵਰ ਆ ਗਿਆ ਸਾਡਾ, ਚੱਲਦੇ ਹਾਂ ਹੁਣ। ਪਹਿਲਾਂ ਅੱਜ ਚੱਲਦੇ ਹਾਂ ਆਨੰਦਪੁਰ ਸਾਹਿਬ। ਲਓ ਜੀ, ਸੰਗਤ ਆ ਗਈ ਸਾਡੀ ਸਾਰੀ, ਚੱਲੀਏ ਜੀ, ਛੱਡੀਏ ਜੀ ਘਰ ਜੀ। ਲਓ ਜੀ, ਬੱਸ ਸਟਾਰਟ ਹੋ ਗਈ, ਚੱਲਦੇ ਹਾਂ। ਹਾਂਜੀ, ਉਰੋ ਚੱਲਾਂਗੇ ਸਿੱਧਾ ਪਟਿਆਲੇ ਨੂੰ, ਪਟਿਆਲਾ ਹੋ ਕੇ ਜਾਵਾਂਗੇ ਆਨੰਦਪੁਰ ਸਾਹਿਬ। ਆਹ ਆਪਣੀ ਦੁਕਾਨ ਆ ਗਈ, ਚਲੋ ਜੀ ਚਲੋ। ਲਓ ਜੀ, ਹੁਣ ਆਪਣਾ ਪਿੰਡ 'ਚੋਂ ਤੁਰ ਪਏ, ਸ਼ਾਹੜ ਪਿੰਡ ਹੈ ਇਹ, ਇੱਥੋਂ ਜਾਵਾਂਗੇ ਅਸੀਂ ਛੋਟੀ ਖੰਡੋਲੀ ਵਿਜਦੀ ਹੋ ਕੇ ਸਿੱਧਾ ਮਹਿਲਾ ਰੋਡ ਚੜ੍ਹ ਕੇ ਪਟਿਆਲੇ ਨੂੰ ਜਾਵਾਂਗੇ। ਲਓ ਜੀ, ਖੰਡੋਲੀ ਨੂੰ ਪੈ ਗਈ ਬੱਸ, ਖੰਡੋਲੀ ਛੋਟੀ ਖੰਡੋਲੀ ਮਹਿਲਾ ਜਾ ਕੇ ਮਹਿਲਾ ਤੋਂ ਪਟਿਆਲਾ, ਇੱਥੇ ਤੱਕ ਦਾ ਰੂਟ ਆਪਣੇ ਕਲੀਅਰ ਹੈ, ਅੱਗੇ ਤੁਹਾਨੂੰ ਦੱਸ ਦਾਂਗੇ ਫਿਰ। ਲਓ ਜੀ, ਫਤਿਹਗੜ੍ਹ ਸਾਹਿਬ ਆ ਗਏ ਆਪਾਂ, ਸੰਗਤ ਨਾਲ ਹੈ ਆਪਣੇ, ਆ ਜਾਓ ਫਿਰ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਸਾਰੇ ਦੇ। ਇਹ ਆ ਬਈ ਫਤਿਹਗੜ੍ਹ ਸਾਹਿਬ ਸਰੋਵਰ, ਇੱਥੇ ਜੋ ਕੰਮ ਚੱਲ ਰਿਹਾ ਹੁਣ, ਇੱਥੇ ਸੇਵਾ ਚੱਲ ਰਹੀ ਹੈ, ਸਫਾਈ ਕਰ ਰਹੇ ਨੇ। ਸੰਗਤ ਲੱਗ ਰਹੀ ਹੈ ਸੇਵਾ ਕਰਨ। ਚਲੋ ਫਿਰ ਉੱਧਰ ਚੱਲਦੇ ਹਾਂ ਹੁਣ ਗੁਰੂ ਘਰ ਦਰਬਾਰ ਸਾਹਿਬ ਵੱਲ। ਆ ਚੱਲੀਏ ਬਾਈ,
ਲੋ ਜੀ ਚੱਲ ਪਏ ਉੱਪਰ ਠੰਡੇ ਬੁਰਜ ਵੱਲ। ਧੰਨ ਧੰਨ ਜਗਤ ਮਾਤਾ ਗੁਜਰੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਠੰਡਾ ਬੁਰਜ ਸਾਡੇ ਭਚੰਗੀ ਜੀ ਆ ਗਿਆ ਭਾਈ ਨਿਸ਼ਾਨ ਸਾਹਿਬ। ਇਹ ਹੈ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਰੱਖਿਆ ਗਿਆ ਸੀਗਾ। ਸਾਹਮਣੇ ਦਰਬਾਰ ਸਾਹਿਬ ਸਰੋਵਰ ਦਾ ਕੰਮ ਚੱਲ ਰਿਹਾ। ਮੱਥਾ ਟੇਕ ਆ ਜੀ ਦਰਬਾਰ ਸਾਹਿਬ 'ਚ। ਵੀਡੀਓ ਅਲਾਊਡ ਨਹੀਂ ਸੀ ਇਸ ਕਰਕੇ ਬਣਾਈ ਨਹੀਂ, ਅੰਦਰੋਂ ਭਾਈ ਦਰਸ਼ਨ ਕਰਨੇ ਨੇ ਤਾਂ ਜੀ। ਸ਼ਹੀਦੀ ਸਥਾਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਦਰਬਾਰ ਸਾਹਿਬ ਸੀਗਾ ਉੱਧਰ, ਅੰਦਰ ਵੀਡੀਓ ਬਣਾਉਣ ਨਹੀਂ ਦਿੱਤੀ ਹੈਗੀ। ਚਲੋ ਕੋਈ ਗੱਲ ਨਹੀਂ, ਦਰਸ਼ਨ ਕਰਨੇ ਹੋਏ ਤਾਂ ਆ ਜਾਓ। ਬਾਹਰੋਂ ਗੁਰੂ ਘਰ ਤੁਹਾਨੂੰ ਦਿਖਾ ਦਿੱਤਾ ਹੈ, ਉਹ ਸਾਹਮਣੇ ਗੇਟ ਆ ਗਿਆ ਮੋਰਿੰਡੇ ਵਾਲੇ ਨੂੰ ਛੜਕ ਜਾਂਦੀ ਹੈ ਜਿੱਧਰ, ਉਹ ਗੇਟ ਹੈ ਇਹ। ਅਸੀਂ ਬੱਸ ਖੜਾਈ ਹੈ ਪਿਛਲੇ ਗੇਟ। ਤਾਂ ਜੋ ਸਵਾਰੀਆਂ ਉੱਥੇ ਆ ਕੇ ਉੱਥੇ ਚੜ੍ਹ ਸਕਣ, ਗੇਟ ਪਿਛਲੇ ਬੱਸ ਖੜਾ ਤੀ ਜਿੱਧਰ ਸਰੋਵਰ ਹੈ। ਇਹ ਉਹ ਸਥਾਨ ਹੈ ਜਿੱਥੇ ਬਾਬਾ ਜ਼ੋਰਾਵਰ ਸਿੰਘ ਹੋਰਾਂ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਇਆ ਸੀਗਾ। ਇੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਸੀਗਾ। ਮੋਰਿੰਡੇ ਵਾਲੀ ਸੜਕ ਤੋਂ ਆਪਾਂ ਗੇਟ ਅੰਦਰ ਵੜਦੇ ਹਾਂ ਤਾਂ ਇੱਧਰ ਆ ਜਾਂਦਾ ਸਾਹਮਣੇ ਟੈਕਸੀ ਸਟੈਂਡ। ਇੱਧਰੋਂ ਦਰਬਾਰ ਸਾਹਿਬ ਦੇ ਸਾਹਮਣਿਓਂ ਲੰਗਰ ਹਾਲ ਹੈ ਜਿੱਧਰ ਅਸੀਂ ਜਾ ਰਹੇ ਹਾਂ ਹੁਣ। ਲੰਗਰ ਇੱਧਰ ਹੈ, ਲੰਗਰ ਹਾਲ ਦੀ ਵੀਡੀਓ ਤਾਂ ਕੀ ਬਣਾਵਾਂਗੇ, ਉੱਥੇ ਦਾ ਲੰਗਰ ਛਕਣਾ ਹੈ। ਵੈਸੇ ਤੁਹਾਨੂੰ ਦੱਸਤਾ ਵੀ ਇੱਧਰ ਦਰਬਾਰ ਸਾਹਿਬ ਦੇ ਸਾਹਮਣੇ ਲੰਗਰ ਹੈ, ਜੇ ਕਿਸੇ ਨੇ ਆਉਣਾ ਹੋਇਆ ਨਹੀਂ ਪਤਾ ਨਹੀਂ, ਤਕਰੀਬਨ ਲੋਕਾਂ ਨੂੰ ਇੱਥੇ ਬਾਰੇ ਤਾਂ ਸਭ ਨੌਲੇਜ ਹੀ ਹੈ। ਇਹ ਆਪਣਾ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਸਰਦੀ ਦੇ ਦਿਨਾਂ 'ਚ ਉੱਪਰ ਰੱਖਿਆ ਗਿਆ ਸੀ ਠੰਡੇ ਬੁਰਜ 'ਚ। ਇੱਧਰ ਹੈ ਲੰਗਰ ਹਾਲ।
ਨਾਲੇ ਹੈ ਲੰਗਰ ਠੰਡੇ ਬੁਰਜ ਦੇ ਨਾਲੇ ਲੰਗਰ ਹਾਲ ਦੀ ਬਿਲਡਿੰਗ ਹੈ। ਲਓ ਜੀ ਲੰਗਰ ਛਕਿਆ ਏ, ਚੱਲਦੇ ਹਾਂ ਬੱਸ ਵੱਲ। ਹੁਣ ਲੰਗਰ ਛਕ ਲਿਆ ਸੀ ਨੇ ਹਾਂਜੀ, ਮਰਿੰਡੇ ਆ ਗਏ ਗੁਰੂ ਘਰ। ਇੱਥੇ ਮੱਥਾ ਟੇਕ ਕੇ ਫਿਰ ਅੱਗੇ ਜਾਵਾਂਗੇ। ਸੰਗਤ ਸਾਰੀ ਉਤਰਨ ਲੱਗ ਰਹੀ ਹੈ। ਬੀਬੀਆਂ ਮਾਈਆਂ ਉਹ ਜਾ ਰਹੀਆਂ ਨੇ, ਬਾਕੀ ਬੰਦੇ ਉਤਰ ਰਹੇ ਨੇ। ਕੁਛ ਸੰਗਤ ਅੰਦਰ ਜਾ ਰਹੀ ਹੈ ਦਰਬਾਰ ਸਾਹਿਬ 'ਚ, ਕੁਛ ਆ ਰਹੇ ਨੇ ਪਿੱਛੇ। ਹੌਲੀ ਹੌਲੀ ਸਾਰੀ ਇਕੱਠੇ ਹੋ ਜਾਵਾਂਗੇ। ਇਹ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਜ਼ਿਲ੍ਹਾ ਰੋਪੜ, ਮੁਗਲ ਫੌਜਾਂ ਵੱਲੋਂ ਕਰਨ ਦੀਆਂ ਸਾਹ ਖਾ ਕੇ ਸੰਧੀ ਕੀਤੀ ਗਈ ਕਿ ਆਨੰਦਗੜ੍ਹ ਦਾ ਖਾਲੀ ਕਿਲ੍ਹਾ ਲੈ ਜਾਣ ਸਿੰਘ ਜੀ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਕੇ ਸਰਸਾ ਨਦੀ ਦੇ ਕੰਢੇ ਪਹੁੰਚ ਕੇ ਸਿੰਘਾਂ ਸਮੇਤ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਦਾਸਾ ਜੀ ਦਾ ਵਾਰ ਦਾ ਕੀਰਤਨ ਕਰ ਰਹੇ ਸਨ। ਮੁਗਲ ਫੌਜਾਂ ਨੇ ਅਚਾਨਕ ਹਮਲਾ ਕਰ ਦਿੱਤਾ। ਲਹਿਜ਼ਾਦੇ ਬਹਾਦਰੀ ਨਾਲ ਮੁਗਲਾਂ ਦਾ ਟਾਕਰਾ ਕਰਦੇ ਹੋਏ ਸਰਸਾ ਨਦੀ, ਜੋ ਕਿ ਸਮੁੰਦਰ ਦੀਆਂ ਛੱਲਾਂ ਵਾਂਗ ਠੰਡ ਮਾਰਦਾ ਸੀ, ਪਾਰ ਕਰਕੇ ਛੁਟਕਾਰਾ ਕਰਦੇ ਹੋਏ ਸ਼ਹਾਦਤਾਂ 'ਤੇ ਚਾਂਪ ਪੈ ਗਈ ਨਾਲੋਂ ਵਿਛੜ ਗਏ। ਇਹ ਸਾਰਾ ਇਤਿਹਾਸ ਹੈ ਇੱਥੇ ਗੁਰੂ ਘਰ ਜੀ ਦਾ। ਜੇ ਤੁਸੀਂ ਪੜ੍ਹਨਾ ਤਾਂ ਪੌਜ਼ ਕਰਕੇ ਪੜ੍ਹ ਵੀ ਸਕਦੇ ਹੋ। ਐਵੇਂ ਤੁਹਾਨੂੰ ਸਾਰੇ ਗੁਰੂ ਘਰ ਦਿਖਾਉਂਦੇ ਜਾਵਾਂਗੇ। ਜਿੱਥੇ ਕੋਈ ਵੀਡੀਓ ਅਲਾਊਡ ਨਹੀਂ ਹੈਗੀ ਉੱਥੇ ਅਸੀਂ ਮਜਬੂਰੀ ਆ ਬਣਾ ਨਹੀਂ ਸਕਦੇ ਹੈਗੇ, ਬਾਕੀ ਤੁਹਾਨੂੰ ਸਭ ਕੁਝ ਦਿਖਾਵਾਂਗੇ। ਚੱਲਦੇ ਹਾਂ ਦੂਜੇ ਗੁਰੂ ਘਰ, ਇੱਥੋਂ ਤੁਰ ਕੇ ਲੰਬੀ ਵਾਟ ਹੈ। ਘਰ ਗੁਰੂ ਘਰ 'ਚੋਂ ਸਾਹਮਣਿਓਂ ਨਿਕਲ ਕੇ ਇੱਧਰ ਬਾਜ਼ਾਰ ਵਿੱਚ ਨਹੀਂ ਜਾਣਾ ਪੈਂਦਾ, ਦੂਜੇ ਗੁਰੂ ਘਰ। ਚਲੋ ਚੱਲਦੇ ਹਾਂ, ਆ ਜਾਓ। ਅੱਜ ਆਪਣੇ ਨਾਲ ਮਿਲ ਗਿਆ ਯਾਰ ਆਪਾਂ ਨੂੰ ਨਿਰਮਲ, ਨਹੀਂ ਪਹਿਲਾਂ ਇਕੱਲਿਆਂ ਨਹੀਂ ਤਿਆਰੀ ਖਿੱਚੀ ਜਿਹਦੀ। ਚਲੋ ਸਾਥ ਬਣੇ ਜਾਂਦਾ, ਜਿਹਦੇ ਨਾਲ ਮੱਤ ਮਿਲ ਜਾਂਦੀ ਹੈ ਫਿਰ ਉਸ ਨਾਲ ਸੰਗ ਹੋਏ ਜਾਂਦਾ। ਚੱਲਦੇ ਹਾਂ ਹੁਣ ਬਾਜ਼ਾਰ ਵਿੱਚ ਦੀ ਦੂਜੇ ਗੁਰੂ ਘਰ। ਆਹ ਦੇਖ ਲਓ ਤੁਸੀਂ ਇੱਥੋਂ ਦਾ ਬਾਜ਼ਾਰ ਮੋਰਿੰਡੇ।
ਹੁਣ ਇੱਥੋਂ ਸਫ਼ਰ ਹੈ ਕੁਛ ਜ਼ਿਆਦਾ ਪੈਦਲ ਜਾਣਾ ਪੈਂਦਾ ਬਸ ਆ ਨਹੀਂ ਸਕਦੀ ਤੁਹਾਨੂੰ ਪਤੀ ਆ ਬਾਜ਼ਾਰ 'ਚ ਮਿਲਦੇ ਹਾਂ ਹੁਣ ਆਪਾਂ ਅੱਗੇ ਗੁਰੂ ਘਰ ਜਾ ਕੇ ਸਾਹਮਣੇ ਚੌਂਕ ਆ ਗਿਆ ਇੱਥੋਂ ਦੇਖਦੇ ਹਾਂ ਕਿੱਧਰ ਜਾਣਾ ਆਪਾਂ ਨੇ ਹੁਣ ਸਿੱਧੀ ਜਾਣਾ ਇੱਥੋਂ ਆਪਾਂ ਨੇ ਹੁਣ ਇਹ ਮੋਰਿੰਡੇ ਦਾ ਬਾਜ਼ਾਰ ਜਿਵੇਂ ਸੁਨਾਮ ਦਾ ਹੱਟਾ ਬਾਜ਼ਾਰ ਇਹ ਮੋਰਿੰਡੇ ਦਾ ਬਾਜ਼ਾਰ ਲਓ ਜੀ ਚੌਂਕ ਤੋਂ ਸਾਹਮਣੇ ਆ ਕੇ ਹੁਣ ਇੱਧਰ ਜਾਵਾਂਗੇ ਆਹ ਡੱਗੀ ਦੀ ਨਿਸ਼ਾਨੀ ਰੱਖਿਓ ਚੌਂਕ 'ਚ ਆਉਂਦੇ ਨੂੰ ਖੱਬੇ ਹੱਥ ਜਦੋਂ ਡੱਗੀ ਆ ਗਈ ਸਮਝ ਲਓ ਗੇਟ 'ਚ ਵੜਨਾ ਆਪਾਂ ਨੇ ਇਹ ਗੁਰੂ ਘਰ ਉਸ ਜਗ੍ਹਾ 'ਤੇ ਬਣਿਆ ਹੋਇਆ ਜਿੱਥੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀਗਾ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਇਹ ਇੱਥੇ ਦਾ ਇਤਿਹਾਸ ਹੈ ਜੇ ਕਿਸੇ ਨੇ ਪੜ੍ਹਨਾ ਤਾਂ ਪੌਜ ਕਰਕੇ ਪੜ੍ਹ ਸਕਦੇ ਹੋ ਇਹ ਦਰਬਾਰ ਸਾਹਿਬ ਤੋਂ ਸਾਹਮਣੇ ਆਏ ਨੀਚੇ ਉਤਰ ਕੇ ਲੰਗਰ ਹਾਲ ਹੈ ਜੇ ਕਿਸੇ ਨੇ ਜਾਣਾ ਤਾਂ ਲੰਗਰ ਹਾਲ 'ਚ ਜਾ ਕੇ ਲੰਗਰ ਛਕ ਸਕਦਾ ਇਹ ਸਾਹਮਣੇ ਤਾਂ ਬਾਥਰੂਮ ਨੇ ਇੱਧਰ ਲੰਗਰ ਹਾਲ ਲਓ ਜੀ ਸੰਗਤ ਬਾਰੇ ਆ ਗਈ ਹੁਣ ਚੱਲਦੇ ਹਾਂ ਬੱਸ 'ਚ ਅਨੰਦਪੁਰ ਸਾਹਿਬ ਪਹੁੰਚਣਾ ਜਿੰਨੇ ਗੁਰੂ ਘਰ ਰਸਤੇ 'ਚ ਆਈ ਜਾਂਦੇ ਨੇ ਸਭ ਦੇ ਦਰਸ਼ਨ ਕਰਦੇ ਹਾਂ ਦੁੱਖ ਨਿਵਾਰਨ ਸਾਹਿਬ ਅਸੀਂ ਰੁਕੇ ਨਹੀਂ ਵੀ ਨੇੜੇ ਆਪਣੇ ਚਲੋ ਆਇਆ ਵੀ ਜਾਂਦਾ ਜੇ ਮੁੜਦੇ ਹੋਏ ਟਾਈਮ ਰਿਹਾ ਮੁੜਦੇ ਹੋਏ ਤਾਂ ਉੱਧਰ ਦੀ ਆਇਆ ਨਹੀਂ ਜਾਣਾ ਉੱਥੇ ਤਾਂ ਨਹੀਂ ਰੁਕੇ ਬਾਕੀ ਅਸੀਂ ਚੱਲਦੇ ਹਾਂ ਹੁਣ ਬੱਸ ਵੱਲ ਅਨੰਦਪੁਰ ਸਾਹਿਬ ਨੂੰ ਪਹੁੰਚਾਂ ਆਹ ਆਪਣੀ ਸਾਰੀ ਪਿੰਡ ਦੀ ਸੰਗਤ ਆ ਰਹੀ ਹੈ ਬੱਸ 'ਚ ਹੈਗੇ ਅਸੀਂ 60-65 ਜਣੇ ਵਿੱਚੇ ਮਾਈਆਂ ਵਿੱਚੇ ਬੰਦੇ ਸ
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਰਿੰਡਾ ਜ਼ਿਲ੍ਹਾ ਰੂਪਨਗਰ। ਆਹ ਦੇਖੋ ਗਲੀ 'ਚੋਂ ਆਉਂਦੇ ਹੋ ਸਾਹਮਣੇ ਗੇਟ ਦੀ ਨਿਸ਼ਾਨੀ ਹੈ, ਗੇਟ ਦੇ ਸਾਹਮਣੇ ਆਹ ਡੱਗੀ ਦੀ ਨਿਸ਼ਾਨੀ ਹੈ। ਬਸ ਇਹ ਡੱਗੀ ਦੀ ਨਿਸ਼ਾਨੀ ਹੈ, ਜਦੋਂ ਗੁਰੂ ਘਰ 'ਚੋਂ ਬਾਜ਼ਾਰ ਵਿੱਚ ਦੀ ਆਉਣਾ, ਸਿੱਧੀ ਆਉਣਾ, ਸਿੱਧਾ ਆ ਕੇ ਬਸ ਜਦੋਂ ਤੁਹਾਨੂੰ ਖੱਬੇ ਹੱਥ ਡੱਗੀ ਦਿੰਦੀ ਹੈ ਤਾਂ ਗੇਟ ਐਂਟਰ ਹੋ ਜਾਓ, ਗੁਰੂ ਘਰ ਆ ਜਾਊਗਾ। ਇੱਥੋਂ ਨਿਕਲ ਕੇ ਉਹ ਸਾਹਮਣੇ ਜਾ ਕੇ ਆਪਣੀ ਬੱਸ ਖੜ੍ਹੀ ਹੈ, ਪਹਿਲੇ ਗੁਰੂ ਘਰ ਆ। ਬਸ ਇਹਦੀ ਨਿਸ਼ਾਨੀ ਰੱਖਿਓ ਸਿੱਧੀ, ਡੇਰਾ ਕਾਰ ਸੇਵਾ ਲਿਖਿਆ ਹੋਇਆ। ਲਓ ਜੀ ਨੰਬਰਦਾਰ ਸਰ ਆਪਣੇ ਨਾਲ ਨੇ, ਸਰ ਵੀ ਬੱਸ ਖੜ੍ਹੀ ਹੈ ਆਪਣੀ ਜਿਹੜੇ ਗੁਰੂ ਘਰ, ਉਸੇ ਗੁਰੂ ਘਰ 'ਚ ਆ ਗਏ। ਮਿਲਦੇ ਹਾਂ ਹੁਣ ਅਗਲੇ ਗੁਰੂ ਘਰ, ਦੇਖਦੇ ਹਾਂ ਕਿਹੜੇ ਗੁਰੂ ਘਰ ਜਾਂਦੇ ਹਾਂ ਜਾਂ ਅਨੰਦਪੁਰ ਸਾਹਿਬ ਜਾ ਕੇ ਰੁਕਦੇ ਹਾਂ। ਪਹਿਲੀ ਵਾਰ ਆਏ, ਆਪਾਂ ਨੂੰ ਤਾਂ ਪਤਾ ਨਹੀਂ ਹੈ ਰਸਤੇ ਬਾਰੇ। ਆਪਾਂ ਆ ਗਏ ਗੁਰਦੁਆਰਾ ਸਾਹਿਬ ਤਾੜੀ ਸਾਹਿਬ, ਸੰਗਤ ਉੱਤਰ ਰਹੀ ਹੈ ਅਤੇ ਬਾਕੀ ਬੀਬੀਆਂ ਮਾਈਆਂ ਜਾ ਰਹੀਆਂ ਨੇ ਅੰਦਰ ਮੱਥਾ ਟੇਕਣ। ਬਾਕੀ ਸੰਗਤ ਆ ਰਹੀ ਹੈ ਸਾਡੀ ਉੱਤਰ ਕੇ। ਇਹ ਸੀਗਾ ਜੀ ਗੁਰਦੁਆਰਾ ਤਾੜੀ ਸਾਹਿਬ। ਇਦੂ ਬਾਅਦ ਮਿਲਦੇ ਹਾਂ ਅਗਲੇ ਗੁਰੂ ਘਰ। ਤਾੜੀ ਸਾਹਿਬ ਗੁਰੂ ਘਰ ਤੋਂ ਪੈਦਲ ਚੱਲ ਪਏ ਅਸੀਂ, ਇੱਥੋਂ ਫਿਰ ਬੱਸ 'ਚ ਚੜ੍ਹਨ ਉਤਰਦੇ ਉੱਨੀ ਟਾਈਮ ਲੱਗ ਜਾਣ, ਉੱਨੇ ਟਾਈਮ 'ਚ ਤੁਰ ਕੇ ਜਾ ਕੇ ਮੱਥਾ ਟੇਕ ਆਵਾਂਗੇ। ਇੱਥੇ ਗੁਰੂ ਘਰ ਇੱਥੇ ਨੇੜੇ ਹੋਰ ਹੈ, ਸੰਗਤ ਪਿੱਛੇ ਆ ਰਹੀ ਹੈ, ਦੇਖ ਸਕਦੇ ਹੋ ਤੁਸੀਂ। ਹੁਣ ਇੱਥੋਂ ਚੱਲੇ ਹਾਂ ਅਸੀਂ ਸਾਹਮਣੇ, ਸਿੱਧੇ ਜਾ ਰਹੇ ਹਾਂ, ਅੱਗੇ ਮੁੜਾਂਗੇ ਖੱਬੇ। ਗੁਰੂ ਘਰ ਤੋਂ ਆ ਕੇ ਖੱਬੇ ਮੁੜ ਕੇ ਅੱਗੇ ਜਾ ਕੇ ਗੁਰੂ ਘਰ ਅੱਗੇ ਜਾ ਰਹੇ ਹਾਂ ਸਿੱਧੇ। ਇਹ ਗੁਰੂ ਘਰ 'ਚੋਂ ਨਿਕਲਣ ਸਾਰ ਖੱਬੇ ਮੁੜਨਾ, ਤਾੜੀ ਸਾਹਿਬ ਗੁਰੂ ਘਰ 'ਚੋਂ ਨਿਕਲ ਕੇ ਖੱਬੇ। ਜੇ ਕਿਸੇ ਨੇ ਆਉਣਾ ਹੋਇਆ ਦੂਸਰੇ ਗੁਰੂ ਘਰ ਜਾਣਾ ਤਾਂ ਉਹਦੇ ਬਾਰੇ ਦੱਸ ਰਿਹਾ ਜਿਹਨੂੰ ਨਹੀਂ ਪਤਾ। ਬਾਕੀ ਕੁਛ ਕਿਹਾ ਨਾ ਕਰੋ ਵੀ ਹਾਂ ਵੱਡਾ ਗਿਆਨੀ ਹੋ ਰਿਹਾ, ਗਿਆਨੀ ਗੁਨੀ ਆਪਾਂ ਕੁਛ ਨਹੀਂ, ਜਿੰਨਾ ਕੁ ਆਪਾਂ ਨੂੰ ਪਤਾ ਲੱਗੀ ਜਾਂਦਾ ਉਨਾ ਕੁ ਦੱਸੀ ਜਾਂਦੇ। ਕਈ ਵਾਰੀ ਕਿਸੇ ਨੂੰ ਪਤਾ ਨਹੀਂ ਹੁੰਦਾ, ਬਾਕੀ ਪਤਾ ਹੀ ਹੁੰਦਾ। ਇੱਕ ਗੱਲ ਅਸੀਂ ਹੋਰ ਨੋਟ ਕੀਤੀ ਹੈ, ਇੱਥੇ ਸਾਰੀਆਂ ਦੁਕਾਨਾਂ ਦੇ ਨੇਮ ਪਲੇਟ ਇੱਕ ਨਾਲ ਦੇ ਨੇ, ਕਿਸੇ ਦੇ ਵੀ ਅਲੱਗ ਨਹੀਂ ਹੈਗਾ। ਤੁਸੀਂ ਦੇਖ ਸਕਦੇ ਹੋ ਉਹ ਗੁਰੂ ਘਰ ਤੋਂ ਲੈ ਕੇ ਦੂਜੇ ਗੁਰੂ ਤਾਂ ਘਰ ਸਾਹਮਣੇ ਆ ਗਿਆ। ਜਿੰਨੀਆਂ ਵੀ ਦੁਕਾਨਾਂ 'ਤੇ ਨਾਮ ਲਿਖੇ ਹੋਏ ਨੇ, ਬੋਰਡ ਲੱਗੇ ਹੋਏ ਨੇ, ਉਹ ਸਾਰੇ ਇੱਕ ਨਾਲ ਦੇ ਨੇ, ਕਿਸੇ ਦੇ ਅਲੱਗ ਨਹੀਂ ਲੱਗਿਆ ਹੋਇਆ ਹੈਗਾ ਸਭ ਦੇ। ਸਾਹਮਣੇ ਆ ਗਿਆ ਗੁਰੂ ਘਰ, ਸਾਹਮਣੇ ਗੁਰੂ ਘਰ ਆ ਗਿਆ ਜੀ, ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, ਸ਼੍ਰੀ
ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ। ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, ਸ਼੍ਰੀ ਚਮਕੌਰ ਸਾਹਿਬ, ਜ਼ਿਲ੍ਹਾ ਸੰਗਰੂਰ, ਰੂਪਨਗਰ। ਚਮਕੌਰ ਸਾਹਿਬ ਤੇ ਕਦੇ ਦਾਹਿਨੇ ਹੱਥ ਵਿੱਚ, ਕਦੇ ਬਾਹਿਨੇ ਹੱਥ ਵਿੱਚ, ਕਦੇ ਕਬੇ, ਕਦੇ ਸੱਜੇ, ਕਦੇ ਖੱਬੇ, ਇਸ ਤਰ੍ਹਾਂ ਸਤਿਗੁਰੂ ਜੀ ਕਿਉਂ ਕਰ ਰਹੇ ਹੋ? ਇਹ ਧਾਰਨ ਕਿਆ ਪੁੱਛੋ ਸਵਾਮੀ, ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਇਹਦਾ ਕਾਰਨ ਕੀ ਹੈ? ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਇਸ ਉਸ ਧਾਰਤ ਨਾਮ ਪੁੱਛ ਜਾਮੀ। ਇਹ ਸੀਗਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ। ਮਿਲਦੇ ਹਾਂ ਅਗਲੇ ਗੁਰੂ ਘਰ। ਹਾਂਜੀ, ਅੱਗੇ ਹੈ ਆਪਾਂ ਜਾ ਕੇ ਇਸੇ ਗੁਰੂ ਘਰ 'ਚੋਂ ਨਿਕਲ ਕੇ ਖੱਬੇ ਮੁੜ ਕੇ ਫਿਰ ਅੱਗੇ ਗੁਰੂ ਘਰ ਇੱਕ, ਜਿਹਦੇ ਗੇਟ 'ਤੇ ਲਿਖਿਆ ਸ਼ਹੀਦ ਬਾਬਾ ਸੰਗਤ ਸਿੰਘ ਜੀ ਗੇਟ। ਆਹ ਆਪਣੇ ਨਾਲ ਨੇ ਸਿਆਣੇ ਬੰਦੇ ਕੁਛ, ਬਾਕੀ ਸੰਗਤ ਪਿੱਛੇ ਆ ਰਹੀ ਹੈ। ਮੱਖਣ ਸਿੰਘ ਜੀ ਸਾਡੇ ਅੰਦਰ ਦੀ ਹੋ ਗਏ, ਮੱਖਣ ਸਿੰਘ ਜੀ ਅੰਦਰ ਦੀ ਆ ਰਹੇ ਨੇ ਅਤੇ ਜਾ ਰਹੇ ਹਾਂ ਅੱਗੇ। ਦੇਖਿਓ ਤੁਸੀਂ, ਇਹ ਅੱਗੇ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਗੁਰੂ ਘਰ ਆ ਜਾਓ ਦਿਖਾਉਂਦੇ ਹਾਂ ਤੁਹਾਨੂੰ, ਉਹ ਸਾਹਮਣੇ ਪੌੜੀਆਂ ਚੜ੍ਹ ਕੇ ਜਾਣਾ ਪਊ ਅਤੇ ਉਹ ਗੁਰੂ ਘਰ 'ਚੋਂ ਨਿਕਲ ਕੇ ਖੱਬੇ ਮੁੜ ਕੇ ਸਿੱਧਾ ਰਸਤਾ। ਚਲੋ ਆਪਾਂ ਟੇਕ ਆਉਂਦੇ ਹਾਂ ਮੱਥਾ, ਪਹਿਲਾਂ ਬੱਸ ਲਿਆਵਾਂਗੇ ਫਿਰ ਇੱਥੋਂ ਪੌੜੀਆਂ ਚੜ੍ਹ ਕੇ, ਅੱਗੇ ਪੌੜੀਆਂ ਚੜ੍ਹ ਕੇ। ਉਹ ਹੈਗਾ ਸ਼ਹੀਦ ਭਾਈ ਮਦਨ ਸਿੰਘ ਜੀ, ਭਾਈ ਕਾਠਾ ਸਿੰਘ ਜੀ ਗੇਟ। ਇਹ ਹੈ ਗੁਰਦੁਆਰਾ ਸ਼੍ਰੀ ਗੜ੍ਹੀ ਸਾਹਿਬ, ਸ਼੍ਰੀ ਚਮਕੌਰ ਸਾਹਿਬ, ਰੂਪਨਗਰ। ਇਹ ਇਤਿਹਾਸ ਹੈ, ਜੇ ਕਿਸੇ ਨੇ ਪੜ੍ਹਨਾ ਹੈ ਵੀਡੀਓ ਪੌਜ਼ ਕਰਕੇ ਪੜ੍ਹ ਸਕਦੇ ਹੋ। ਇਹ ਸਾਹਮਣੇ ਦੇਖ ਕੇ ਲੱਗਦਾ ਵੀ ਗੇਟ ਬੰਦ ਹੈ,
ਪਰ ਸਾਈਡ 'ਤੇ ਰਸਤਾ ਹੈਗਾ। अपने पिंड की संगत आ रही है, असं मत्था टेक के पहला आ गए, लेट आ रहे हैं पिछे। एक गुरुद्वारा साहब का पुराना मॉडल है, यह गुरुद्वारा गढ़ी साहब चमकौर साहिब, गुरुद्वारा श्री कच्ची गढ़ी साहिब ਨੂੰ ਪ੍ਰਾਪਤਮ ਦੇਖਣ ਲਈ ਕਾਰ ਸੇਵਾ ਵੱਲੋਂ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ, ਜਥੇਦਾਰ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ। ਇਹ ਗੁਰੂ ਘਰ ਦੇ ਬਾਹਰ ਬਾਜ਼ਾਰ, ਦੂਰ ਪੈ ਜਾਂਦਾ, ਵਿੱਚ ਸੰਗਤ ਤੋਂ ਤੁਰਿਆ ਨਹੀਂ ਜਾਂਦਾ। ਹੁਣ ਅਸੀਂ ਚੱਲਦੇ ਹਾਂ ਬੱਸ ਲੈਣ, ਬੱਸ ਲੈ ਕੇ ਆ ਗੁਰੂ ਘਰ ਲਿਆਉਂਦੇ ਹਾਂ। ਬੱਸ ਖੜ੍ਹੀ ਹੈ ਉਦੋਂ ਪਹਿਲੇ ਗੁਰੂ ਘਰ ਗੁਰਦੁਆਰਾ ਤਾੜੀ ਸਾਹਿਬ, ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਤਾੜੀ ਸਾਹਿਬ ਪੈਦਲ, ਉੱਥੋਂ ਬੱਸ ਨੂੰ ਲੈ ਕੇ ਆਵਾਂਗੇ। ਵੀ ਰਸਤਾ ਹੈਗਾ, ਪਹਿਲਾਂ ਸਾਨੂੰ ਐਵੇਂ ਸੀ ਵੀ ਰਸਤਾ ਨਹੀਂ ਹੋਣਾ ਅੱਗੇ ਬੱਸ ਦੇ ਲੰਘਣ ਲਈ, ਪਰ ਰਸਤਾ ਹੈਗਾ। ਹੁਣ ਅਸੀਂ ਜਾ ਕੇ ਲੈ ਕੇ ਆਉਂਦੇ ਹਾਂ ਬੱਸ, ਮਿਲਦੇ ਹਾਂ ਹੁਣ ਅਗਲੇ, ਉਦੋਂ ਬਾਅਦ ਮਿਲਦੇ ਹਾਂ ਅਗਲੇ ਗੁਰੂ ਘਰ। ਤਦੋਂ ਤੱਕ ਕਰੋ ਰੈਸਟ, ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ ਸਾਹਮਣੇ ਗੁਰਦੁਆਰਾ ਤਾੜੀ ਸਾਹਿਬ, ਅਤੇ ਸਾਹਮਣੇ ਦਰਖਤ ਕੋਲ ਦੀ ਦਿਖ ਰਿਹਾ। ਹੁਣ ਐਡੀ ਦੂਰ ਬੱਸ ਖੜ੍ਹੀ ਆ, ਉੱਥੋਂ ਲੈ ਕੇ ਆਵਾਂਗੇ। ਵਿੱਚ ਬੀਬੀਆਂ ਨੇ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਹੈਗਾ, ਤਾਂ ਕਰਕੇ ਇੱਧਰ ਲੈ ਕੇ ਆ ਰਿਹਾ ਸੀ ਬੱਸ ਨੂੰ। ਇਹ ਚੌਂਕ ਦੇਖ ਲਓ, ਆਪਾਂ ਨੇ ਜਾਣਾ ਸਿੱਧਾ। ਹਾਂਜੀ, ਅਨੰਦਪੁਰ ਸਾਹਿਬ ਆ ਗਏ। ਅਸੀਂ ਚੱਲੇ ਸੀਗੇ 11:30 ਵਜੇ, ਹੁਣ ਪਹੁੰਚੇ ਹਾਂ ਰਾਤ ਨੂੰ ਜਾ ਕੇ। ਆ ਜਾਓ, ਤੁਹਾਨੂੰ ਦਿਖਾਉਂਦੇ ਹਾਂ, ਟਾਈਮ ਵੀ ਬਹੁਤ ਹੋ ਰਿਹਾ। 11 ਚੱਲੇ ਸੀਗੇ, 7:30 ਪਹੁੰਚੇ ਹਾਂ। ਸਾਹਮਣੇ ਗੁਰੂ ਘਰ ਹੈ, 11 ਚੱਲ ਕੇ ਗੁਰੂ ਘਰ ਦੇਖਦੇ। ਆਪਾਂ ਰੁਕੇ ਸੀਗੇ ਫਤਿਹਗੜ੍ਹ ਸਾਹਿਬ, ਉਦੋਂ ਬਾਅਦ ਰੁਕੇ ਸੀ ਮਰਿੰਡੇ, ਫਿਰ ਚਮਕੌਰ ਸਾਹਿਬ, ਫਿਰ ਆ ਗਏ ਸਿੱਧੇ ਅਨੰਦਪੁਰ ਸਾਹਿਬ। ਹਾਂਜੀ, ਗੁਰੂ ਘਰ ਵੱਲ ਜਾ ਰਹੇ ਹਾਂ ਅਸੀਂ, ਹੁਣ ਦੇਖਦੇ ਹਾਂ ਕਮਰਾ ਕੁਮਰਾ ਲੈਂਦੇ ਹਾਂ। ਆਪਣੀ ਸਾਰੀ ਸੰਗਤ ਇਕੱਠੀ ਆ ਰਹੀ ਹੈ, ਜਾ ਰਹੇ ਹੁਣ ਕਮਰਾ ਲੈਣ ਲਈ। Thank you.
ਤਾਂ ਜੀ ਸੰਗਤ ਆ ਰਹੀ ਹੈ ਸਾਡੀ, ਪਿੱਛੇ ਆ ਰਹੀ ਹੈ, ਅਸੀਂ ਜਾ ਰਹੇ ਹੁਣ ਕਮਰਾ ਲੈਣ। ਅਤੇ ਆਪਣੇ ਚੰਡੀਗੜ੍ਹ ਦੇ ਸੰਗਤ ਸਾਰੀ ਖੜੀ ਹੈ ਹੁਣ ਕਮਰਾ ਲੈ ਕੇ, ਬੁੜੀਆਂ ਦਾ ਅਲੱਗ, ਬੰਦਿਆਂ ਦਾ ਅਲੱਗ। ਉਸ ਤੋਂ ਬਾਅਦ ਜਾਂਦੇ ਹਾਂ ਕਿਤੇ ਘੁੰਮਣ, ਦੇਖਦੇ ਹਾਂ ਕੀ ਸੰਗਤ ਦੀ ਰਹਿ। ਇੱਥੇ ਦਫ਼ਤਰ ਹੈ, ਦਫ਼ਤਰ 'ਚੋਂ ਅਸੀਂ ਕਮਰੇ ਲੈ ਰਹੇ ਹਾਂ ਹੁਣ ਸੰਗਤ ਲਈ। ਕਿੰਨੇ ਕਮਰਿਆਂ ਨਾਲ ਸਰ ਜੂਗਾ? ਘੱਟੋ ਘੱਟ 3 ਕਮਰਿਆਂ ਨਾਲ ਸਰੂਗਾ। ਕਮਰੇ ਲੈ ਲਏ ਹੁਣ, ਪਹਿਲੀ ਜਾਂ ਦੂਜੀ ਮੰਜ਼ਿਲ 'ਤੇ ਮਿਲਣੇ। ਚਲੋ ਚੱਲਦੇ ਹਾਂ ਹੁਣ ਕਮਰੇ 'ਚ। ਉਹ ਅਸੀਂ ਉੱਥੇ ਜਾ ਕੇ, ਉੱਧਰ ਹੈ ਖੁੰਜੇ 'ਚ। ਆ ਜਾਓ, ਆ ਦੇਖ, ਉਹ ਇਹ ਆ ਗਿਆ ਰਹਿ, ਪੌੜੀਆਂ ਹੈ ਨੀ। ਉਹ ਜੀ ਆ ਗਏ ਆਪਾਂ ਕਮਰਿਆਂ ਕੋਲੇ, ਆਪਣੇ ਕਮਰੇ ਨੇ ਉਹ ਖੁੰਜੇ 'ਚ ਜਾ ਕੇ। ਇੱਕ ਕਮਰਾ ਆ ਹੈ ਆਪਣਾ 70 ਨੰਬਰ, ਦੂਜਾ ਅੱਗੇ ਨੇ ਲਵੇ ਲਵੇ ਨੇ। ਇਹ ਇੱਥੇ ਕਮਰਿਆਂ ਵਾਲਾ ਮਿਲਦੇ ਨੇ, ਜਿੱਥੇ ਕਮਰੇ ਬਣੇ ਹੋਏ ਨੇ, ਸਰੈਂ ਕਹਿੰਦੇ ਨੇ ਆਪਾਂ ਗੁਰੂ ਘਰ ਦੀ। ਦੇਖ ਲਓ ਆਹ ਬੈਠੇ ਨੇ ਬੰਦੇ, ਆਪਣੀ ਸੰਗਤ ਆ ਸਾਰੀ। ਕਿ ਸਾਡੀ ਸੰਗਤ ਅੱਗੇ ਕਮਰਿਆਂ 'ਚ ਹੈ, 3 ਕਮਰੇ ਹੋਰ ਨੇ। ਅਸੀਂ ਜਾਂਦੇ ਹਾਂ ਹੁਣ ਲੰਗਰ ਛਕਣ, ਲੰਗਰ ਛੱਕ ਕੇ ਫਿਰ ਦੇਖਦੇ ਹਾਂ ਕਿ ਸੰਗਤ ਦਾ ਪ੍ਰੋਗਰਾਮ ਬਣਦਾ। ਬਾਕੀ ਗੁਰੂ ਘਰ ਦੇ ਦਰਸ਼ਨ ਤੁਹਾਨੂੰ ਸਵੇਰੇ ਕਰਾਵਾਂਗੇ। ਹੁਣ ਦੇਖਦੇ ਹਾਂ ਵੀ ਅੱਗੇ ਕੀ ਪ੍ਰੋਗਰਾਮ ਹੈ, ਲੰਗਰ ਛੱਕ ਕੇ ਫਿਰ ਦੱਸਦੇ ਹਾਂ ਵੀ ਜੇ ਘੁੰਮਣ ਜਾਵਾਂਗੇ ਤਾਂ ਵੀਡੀਓ ਬਣਾਵਾਂਗੇ, ਜੇ ਕਮਰੇ 'ਚ ਵਾਪਸ ਆ ਗਏ ਤਾਂ ਆ ਕੇ ਵਲੌਗ ਬੰਦ ਕਰ ਦਾਂਗੇ। ਇਹਦੇ ਸਾਹਮਣੇ ਲੰਗਰ ਹਾਲ ਹੈ, ਹੁਣ ਛਕਦੇ ਹਾਂ ਲੰਗਰ ਜਾ ਕੇ, ਅਸੀਂ ਬਾਅਦ 'ਚ ਬਣਾਉਂਦੇ ਹਾਂ ਵੀਡੀਓ। ਇਹ ਆ ਗਿਆ ਆਪਣਾ ਲੰਗਰ ਹਾਲ। ਲਓ ਜੀ, ਸਾਡਾ ਬਣ ਗਿਆ ਮੂਡ ਵੀ, ਚਲੋ ਗੇੜਾ ਦੇ ਆਉਂਦੇ ਹਾਂ, ਬਾਜ਼ਾਰ ਦੇਖ ਕੇ ਆਉਂਦੇ ਹਾਂ ਅਤੇ ਥੋੜ੍ਹੀ ਬਹੁਤੀ ਵੀਡੀਓ ਬਣਾ ਲੈਂਦੇ ਹਾਂ। ਚਲੋ ਬਣਾਉਂਦੇ ਹਾਂ ਵੀਡੀਓ, ਦਿਖਾਉਂਦੇ ਹਾਂ ਤੁਹਾਨੂੰ ਬਾਜ਼ਾਰ। ਆ ਜਾਓ ਫਿਰ, ਇਹ ਲੰਗਰ ਹਾਲ 'ਚ ਨਿਕਲ ਕੇ ਬਾਹਰੇ ਹੁਣ। ਇੱਧਰ ਸਾਹਮਣੇ ਆਪਾਂ ਨੇ ਬੱਸ ਖੜਾਈ ਸੀ। ਹਾਂ, ਇਹ ਆ ਗਿਆ ਬਾਜ਼ਾਰ ਆਪਣਾ, ਦੁਕਾਨਾਂ। ਇੱਧਰ ਆ ਗਈ ਪਾਰਕਿੰਗ ਗੱਡੀਆਂ ਵਾਸਤੇ, ਬੱਸਾਂ ਵਾਸਤੇ, ਸਾਰੇ ਸਾਧਨਾਂ ਵਾਸਤੇ। ਅਤੇ ਪਾਰਕਿੰਗ ਦੇ ਨਾਲ ਅਸੀਂ ਤੁਰੇ ਜਾ ਰਹੇ ਹਾਂ ਬਿਲਡਿੰਗ ਦੇ ਨਾਲ, ਲੰਗਰ ਹਾਲ ਦੀ ਬਿਲਡਿੰਗ ਇਹ ਹੈਗੀ ਹੈ। ਲੰਗਰ ਹਾਲ ਦਾ ਗੇਟ ਉੱਧਰ ਦੀ ਆ ਗਿਆ, ਪਿੱਛੋਂ ਦੀ, ਉਹ ਪਿੱਛੋਂ ਜਾ ਕੇ ਲੰਗਰ ਹਾਲ ਦਾ ਗੇਟ ਹੈ। ਇੱਧਰ ਦੀ ਵੀ ਆ ਜਾਂਦਾ। ਇਹ ਹੈ ਬਾਜ਼ਾਰ, ਅਨੰਦਪੁਰ ਸਾਹਿਬ ਗੁਰੂ ਘਰ ਦੇ ਕੋਲ ਬਾਜ਼ਾਰ। ਲਾ ਲਓ ਤਕਰੀਬਨ ਬਾਜ਼ਾਰ ਆਲੇ ਦੁਆਲੇ ਸਾਰੀਆਂ ਸੜਕਾਂ 'ਤੇ ਬਾਜ਼ਾਰ ਹੈ, ਜੋ ਮਰਜ਼ੀ ਸਮਾਨ ਲੈ ਸਕਦੇ ਹੋ। ਉਹ ਸਾਹਮਣੇ ਹਾਈਵੇ ਆ ਗਿਆ, ਉੱਧਰ ਹਾਈਵੇ ਆ ਗਿਆ, ਸਾਹਮਣੇ ਹਾਈਵੇ ਤੋਂ ਲੈ ਕੇ ਸਾਰਾ ਬਾਜ਼ਾਰ ਇਹ ਹੈ। ਅਤੇ ਆ ਦੇਖੋ, ਸਾਨੂੰ ਗੁਰੂ ਘਰ ਦਾ ਦ੍ਰਿਸ਼ ਦਿਖਾਉਣਾ ਰਾਤ ਦਾ, ਕਿੰਨਾ ਸੋਹਣਾ ਲੱਗਦਾ।
लो जी वीडियो करन लगदे आ बंद। कल नू करांगे फिर नवा ब्लॉग स्टार्ट, चलांगे आनंदपुर साहब तों अमृतसर वल नू। अज जिन्ने गुरु घर देखे ने सानू दिखाते, बाकी जो रह गया अज गुरु घर आनंदपुर साहब वो कल नू सवेरे बनावांगे ब्लॉग जदों मत्था टेकणगे। जे किसी मेरे भाई ने चैनल सबसक्राइब नहीं किया तां कर लो, बैल आइकन दा बटन आल ते कर लो। अगली वीडियो तक सत श्री अकाल।